ਵਾਹਿਗੁਰੂ ਜੀ ਕਾ ਖਾਲਸਾ ਅਸੀਂ ਸਾਰੇ ਵੀਰਾਂ ਦੇ ਭੈਣਾਂ ਨੂੰ ਅੱਜ ਸਾਰੇ ਜਿੰਨੇ ਵੀ ਸਾਡੇ ਵੀਰ ਪੰਜਾਬੀ ਭਰਾ ਜਾਂ ਸਾਰੇ ਕੌਮਾਂ ਦੇ ਸਾਰੇ ਸਿੱਖ ਧਰਮ ਦੇ ਹਿੰਦੂ ਧਰਮ ਦੇ ਮੁਸਲਮਾਨ ਦੇ ਈਸਾਈ ਧਰਮ ਦੇ ਸਾਰੇ ਵੀਰਾਂ ਅੱਜ ਅਸੀਂ ਵਧਾਈ ਦਿੰਦੇ ਹਾਂ ਜੀ ਛੋਟ ਦਿਵਸ ਦੀ ਅਤੇ ਦੀਵਾਲੀ ਦੀਆਂ ਅੱਖ ਲੱਖ ਵਧਾਈਆਂ ਦਿੰਦੇ ਹਾਂ ਅਤੇ ਅੱਜ ਸਾਡੀ ਸਾਰੀ ਟੀਮ ਨੇ ਛੋਟਾ ਜਿਹਾ ਕੋਸ਼ਿਸ਼ ਕੀਤੀ ਆ ਅੱਜ ਸਾਰੇ ਵੀਰ ਜਿਹੜੇ ਸਾਡੇ ਕੋਲ ਰਹਿ ਰਹੇ ਨੇ ਬਜ਼ੁਰਗ ਜਾਂ ਕੋਈ ਨੌਜਵਾਨ ਜੋ ਵਕਤ ਦੇ ਮਾਰੇ ਹੋਏ ਆ ਅਤੇ ਉਹਨਾਂ ਨਾਲ ਰਲ ਕੇ ਅਸੀਂ ਅੱਜ ਦੀਵਾਲੀ ਸੈਲੀਬ੍ਰੇਟ ਕਰਨ ਲੱਗੇ ਮਾੜੇ ਨੇ ਕਿਰਪਾ ਕਰੀ ਅੱਜ ਸਾਡੇ ਅਤੇ ਵੀਰ ਸਾਡੇ ਕਾਫੀ ਠੀਕ ਹੋਣ ਲੱਗ ਗਏ ਆ ਕਈ ਵੀਰਾਂ ਦਾ ਇਹੋ ਜਿਹਾ ਸਿਸਟਮ ਆ ਜਿਹੜੇ ਮੈਂਟਲੀ ਬਹੁਤ ਜ਼ਿਆਦਾ ਡਿਸਟਰਬ ਸੀ ਹੁਣ ਕੰਮ ਠੀਕ ਸਾਡੇ ਰੋਜ਼ਗਾਰ ਸਿੰਘ ਵੀਰ ਜੀ ਦਾ ਆਪਰੇਸ਼ਨ ਹੋਇਆ ਹੁਣ ਉਹ ਵੀ ਠੀਕ ਆ ਸਾਡੇ ਵੀਰ ਜੀ ਆਪਣੇ ਪਛਾਣ ਸਿੰਘ ਜੀ ਪਛਾਣ ਸਿੰਘ ਜੀ ਜਿਹਨਾਂ ਦੇ ਸਿਰ ਦੇ ਵਿੱਚ ਬਹੁਤ ਜ਼ਿਆਦਾ ਵੱਡਾ ਜ਼ਖਮ ਸੀ ਉਹ ਵੀ ਬਿਲਕੁਲ ਠੀਕ ਆ ਜੀ ਹੁਣ ਮੁੱਖ ਧਾਰਾ 'ਚ ਆ ਗਏ ਜੀ ਸੇਵਾ ਵੀ ਕਰਵਾਉਂਦੇ ਆ ਟੋਨੀ ਜੀ ਵੀ ਠੀਕ ਹੋ ਚੱਲੇ ਇਹ ਬਜ਼ੁਰਗ ਜੋ ਸਾਡੇ ਕੋਲ ਕੱਲ੍ਹ ਹੀ ਆਏ ਆ ਅਤੇ ਇਹ ਵੀ ਬਜ਼ੁਰਗ ਸਾਡੇ ਕੋਲ ਹੁਣ ਰਹਿਣ ਦੇ ਕਹਿ ਰਹੇ ਨੇ ਵੀ ਅਸੀਂ ਤੁਹਾਡੇ ਕੋਲ ਹੀ ਰਹਿਣਾ ਸੇਵਾ ਕਰਵਾਉਣੀ ਹੈ ਇੱਥੇ ਬੜੀ ਵਧੀਆ ਸੇਵਾ ਲੱਗੀ ਇਹਨਾਂ ਨੂੰ ਕਰਕੇ ਜੀ ਅਤੇ ਇੱਦਾਂ ਹੀ ਸਾਰੇ ਵੀਰ ਜਿਵੇਂ ਅਨੂ ਜੀ ਆਹ ਇਹ ਸਭ ਤੋਂ ਪਹਿਲੇ ਮੈਂਬਰ ਆ ਸਾਡੇ ਇਹ ਵੀ ਬਿਲਕੁਲ ਅੱਗੇ ਨੂੰ ਠੀਕ ਆ ਤੁਰੇ ਫਿਰਦੇ ਆ ਤੰਦਰੁਸਤ ਆ ਅਤੇ ਬਾਬਾ ਜੀ ਵੀ ਗੁਜਰਾਜ ਸਿੰਘ ਜੀ ਵੀ ਵਾਕਰ ਨਾਲ ਤੁਰਨ ਲੱਗ ਗਏ ਗੁਰੂ ਮਹਾਰਾਜ ਦੀ ਕਿਰਪਾ ਨੇ ਇਹਨਾਂ ਨੂੰ ਇੱਕ ਵੀਰ ਬੱਚਾ ਸਾਡੇ ਕੋਲ ਛੋਟਾ ਜਿਹਾ ਆਇਆ ਸੀ ਪਹਿਲਾਂ ਬੜੀ ਮਾੜੀ ਹਾਲਤ ਸੀ ਨਾ ਇਹਨੂੰ ਕੋਈ ਸਮਝ ਆਉਂਦਾ ਸੀ ਹੁਣ ਇਹ ਪੰਜਾਬੀ ਵੀ ਸਮਝਣ ਲੱਗ ਗਿਆ ਗੱਲ ਵੀ ਕਰਨ ਲੱਗ ਗਿਆ ਵਧੀਆ ਤੇ ਬਾਬਾ ਕਾਕਾ ਸਿੰਘ ਟਰੱਕ ਯੂਨੀਅਨ ਜਗਰਾਉਂ ਇਹ ਵੀ ਬਾਬਾ ਜੀ ਕਾਇਮ ਆ ਜੀ ਹੁਣ ਤੇ ਹੁਣ ਇਹਨਾਂ ਦੇ ਅੱਖ ਦਾ ਆਪਰੇਸ਼ਨ ਬਾਬਾ ਜੀ ਬੈਠੇ ਆ ਸਾਡੇ ਕੇਸ ਹਸਪਤਾਲ ਤੇ ਇਹਨਾਂ ਦਾ ਵੀ ਹੁਣ ਇਲਾਜ ਚੱਲਦਾ ਦੀਪਕ ਹਸਪਤਾਲ ਇਹਨਾਂ ਦੀ ਲੱਤ ਦਾ ਇੱਕ ਆਪਰੇਸ਼ਨ ਹੋਣਾ ਨਾੜਾਂ ਬਲੌਕ ਹੋਈਆਂ ਹੋਈਆਂ ਲੱਤ ਦੀਆਂ ਕਾਫੀ ਜ਼ਿਆਦਾ ਤੇ ਨਾਲ ਸਾਡੇ ਕੇਸਰ ਸਿੰਘ ਜੀ ਹੈ ਜੀ ਇਹ ਇਹਨਾਂ ਤੋਂ ਸਾਰੇ ਜਾਣਦੇ ਆ ਜੀ ਇਹ ਸਾਡੇ ਇਹ ਨਹੀਂ ਹੈ ਚਲੇ ਮੈਂਬਰ ਆ ਜੀ ਤੇ ਬੜੀਆਂ ਸਾਡੇ ਵੀ ਲੈ ਮਨ ਲਗਾ ਕੇ ਰੱਖ ਕੇ ਅੱਛਾ ਜਵਾਬ ਤੇ ਉਸ ਤੋਂ ਅੱਗੇ ਜੀ ਦੇਖੋ ਆ ਗਈ ਇਹ ਲੜਕਾ ਬੈਠਾ ਜੀ ਅੰਸ਼ਲ ਕੀ ਕਹਿੰਦੇ ਆ ਚਲੋ ਬਵਾਰ ਜਾ ਉਹ ਮੇਰਾ ਬੈਠਾ ਠੀਕ ਹੈ ਪਰ ਸਾਨੂੰ ਆ ਉਹ ਮੇਰਾ ਗਿਆ ਬਿਜੋਲਾ ਨਵਜੋਤ ਜੀ ਇਹਦਾ ਸਰਦਾਰ ਸਾਡੇ ਬੰਟਾ ਗਰੇਵਾਲ ਜੀ ਹੈਪੀ ਜੀ ਸਾਡੇ ਅੰਮ੍ਰਿਤਸਰ ਤੋਂ ਬਾਬਾ ਨਿਸ਼ਾਨ ਸਿੰਘ ਜੀ ਟੋਨੀ ਸਿੰਘ ਜੀ ਸੋਨਾ ਵੀਰ ਮਲਕਪੁਰ ਜੀ ਸ਼ੀਨਾ ਜੀ ਇੱਕ ਸਾਡਾ ਮੁਕੇਸ਼ ਆ ਜੀ ਮਿੱਤਰ ਸਾਡਾ ਕਹਿ ਸਕਦੇ ਹਾਂ ਹੁਣ ਸਾਡੇ ਨਾਲ ਪਿਆਰ ਪੈ ਗਿਆ ਇਹਦਾ ਇਹ ਸਾਡੇ ਰੋਟੀ ਪਾਣੀ ਦਾ ਪ੍ਰਬੰਧ ਕਰਦਾ ਜੀ ਇਸ ਤੋਂ ਅੱਗੇ ਬਾਬਾ ਪ੍ਰੇਮ ਸ਼ਾਹ ਜੀ ਬੈਠੇ ਆ ਜੀ ਇਹਨਾਂ ਦੀ ਲੱਤ 'ਤੇ ਪਲਸਤਰ ਲੱਗਿਆ ਜੀ ਬੜੀ ਮਾੜੀ ਹਾਲਤ 'ਚ ਲੁਧਿਆਣੇ ਸਮਰਾਲਾ ਚੌਂਕ 'ਚ ਪਏ ਸੀ ਇਹ ਲੱਤ ਇੱਧਰ ਥੱਲੇ ਲਟਕ ਰਹੀ ਸੀ ਪਰ ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੋ ਗਿਆ ਜੀ ਇਸ ਦੇ ਨਾਲ ਹੀ ਥੱਲੇ ਜੀ ਸਾਡੇ ਆਹ ਵੀਰ ਬੈਠੇ ਆ ਕੁਰਸੀ 'ਤੇ ਸ਼੍ਰੀ ਸ਼੍ਰੀ ਜੀ ਆ ਜੀ ਅਤੇ ਇਹ ਤਾਮਿਲਨਾਡੂ ਤੋਂ ਆ ਇਹਨਾਂ ਦਾ ਪਰਿਵਾਰ ਹੁਣ ਮਿਲ ਗਿਆ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਹਨਾਂ ਨੂੰ ਅਸੀਂ ਛੇ ਤੋਂ ਛੇ ਉੱਥੇ ਭੇਜ ਦੇਣਾ ਜੀ ਪਰਿਵਾਰ ਨਾਲ ਸਾਡੀ ਗੱਲ ਨਹੀਂ ਹੋਈ ਪਰ ਪਤਾ ਲੱਗ ਗਿਆ ਸਾਰਾ ਅਤੇ ਇੱਕ ਆ ਛੋਟਾ ਜਿਹਾ ਵੀਰ ਬੈਠਾ ਸਾਡੇ ਕੋਲ ਇੱਕ ਹੋਰ ਜੀ ਅਤੇ ਇਹਨੂੰ ਜਿਵੇਂ ਤੁਸੀਂ ਪਹਿਲਾਂ ਪੋਸਟਾਂ 'ਚ ਵੀ ਦੇਖਿਆ 5-6 ਦਿਨ ਪਹਿਲਾਂ ਹੀ ਆਇਆ ਇਹ ਗੁੰਮਿਆ ਹੋਇਆ ਸੀ ਜਵਾਕ ਇਹ ਅਤੇ ਇਹਦੇ ਸਵੈਟਰ ਪਾਇਆ ਸੀਗਾ ਜੀ ਅਤੇ ਕੱਪੜੇ ਇਹਦੇ ਸਾਡੇ ਕੋਲ ਪਏ ਆ ਪੁਰਾਣੇ ਇਹਦੇ ਪਿੱਛੇ ਮੋਦੀ ਰੱਖੀ ਹੋਈ ਹੈ ਜੀ ਅਤੇ ਇਹ ਸਾਡੇ ਹਿੰਦੂ ਵੀਰ ਆ ਜੀ ਉਹਦਾ ਵੀਰ ਦਾ ਕਿਸੇ ਦਾ ਪੰਡਿਤ ਜਾਂ ਕਿਸੇ ਪ੍ਰੋਫੈਸ਼ਨਲ ਪੰਡਿਤ ਦਾ ਬੇਟਾ ਵੀ ਹੋ ਸਕਦਾ ਜੀ ਇਹ ਅਤੇ ਮੇਰਾ ਵੀਰ ਅਸੀਂ ਬੇਨਤੀ ਕਰਦੇ ਹਾਂ ਜੇ ਕੋਈ ਇਹਨਾਂ ਨੂੰ ਪਛਾਣਦਾ ਤਾਂ ਇਹਨਾਂ ਨੂੰ ਜ਼ਰੂਰ ਆ ਕੇ ਸਾਡੇ ਪੇਜ ਦੇ ਉੱਤੇ ਨੰਬਰਾਂ ਦਿੱਤਿਆਂ 'ਤੇ ਸੰਪਰਕ ਕਰੋ ਜੀ ਅਤੇ ਸਾਡੇ ਸ਼ੌਕ ਜੀ ਹੈ ਜੀ ਜਿਹੜੇ ਅਸੀਂ ਲੁਧਿਆਣੇ ਘੰਟਾ ਘਰ ਚੌਂਕ ਤੋਂ ਮਾਤਾ ਰਾਣੀ ਚੌਂਕ 'ਤੇ ਲੈ ਕੇ ਆਏ ਸੀ ਇਹਨਾਂ ਨੂੰ ਜੀ ਇਹ ਵੀ ਗੁਰੂ ਮਹਾਰਾਜ ਦੀ ਕਿਰਪਾ ਨਾਲ ਠੀਕ ਹੈ ਜੀ ਹੁਣ ਇਹ ਸੇਵਾ ਕਰਵਾਉਂਦੇ ਆ ਨਾਲ ਮਾੜੀ ਮੋਟੀ ਜਿੰਨੀ ਹੋ ਸਕਦੀ ਹੈ ਅਤੇ ਆਹ ਸਾਡੇ ਵੀਰ ਨਾਲ ਬੈਠੇ ਜਤਿੰਦਰ ਜੀ ਇਹ ਜਤਿੰਦਰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ ਜੀ ਇਹ ਗੁੱਜਰਾਂ ਨੇ ਅਤੇ ਉੱਥੋਂ ਅਸੀਂ ਛੁਡਵਾ ਕੇ ਲੈ ਕੇ ਆਏ ਸੀ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਨਾਲ ਅਤੇ ਹੁਣ ਇਹ ਠੀਕ ਠਾਕ ਆ ਜੀ ਇਹ ਵੀ ਵਧੀਆ ਅਤੇ ਇੱਕ ਆਹ ਵੀਰ ਸਾਡੇ ਹੈਗੇ ਆ ਜੀ ਹਰਜਿੰਦਰ ਸਿੰਘ ਜੀ ਅਤੇ ਇਹ ਵੀ ਇੱਥੋਂ ਸਾਨੂੰ ਮਿਲਿਆ ਜੀ ਇਹਨਾਂ ਨੂੰ ਅੱਖਾਂ ਦੀ ਪ੍ਰੋਬਲਮ ਆ ਜੀ ਇਹ ਹੈਬੋਵਾਲ ਤੋਂ ਸਾਨੂੰ ਮਿਲੇ ਆ 5-10 ਦਿਨ ਪਹਿਲਾਂ
ਤੇ ਇਹ ਅਨੂ ਜੀ ਸਾਡੇ ਫਾਊਂਡਰ ਮੈਂਬਰ ਆ ਜੀ, ਇਹਨਾਂ ਨੇ ਸ਼ੁਰੂਆਤ ਇਹਨਾਂ ਦੀ ਕਰਕੇ ਹੋਈ ਹੈ ਜੀ। ਜੇ ਇਹ ਨਾ ਹੁੰਦੇ ਸਾਡੀ ਸੰਸਥਾ ਦੀ ਸ਼ੁਰੂਆਤ ਨਹੀਂ ਹੋਣੀ ਸੀ, ਕਿਉਂਕਿ ਇਹੀ ਵੀਰ ਸਾਨੂੰ ਸਭ ਤੋਂ ਪਹਿਲਾਂ ਮਿਲਿਆ ਸੀ, ਜੋ ਢਾਬੇ 'ਤੇ ਸਾਡੇ 'ਤੇ ਗੁਰੂ ਮਹਾਰਾਜ ਨੇ ਭੇਜਿਆ ਸੀ, ਜਿਹਨੂੰ ਅਸੀਂ ਸੇਵਾ ਸੰਭਾਲ ਲਈ ਰੱਖ ਲਿਆ ਸੀ। ਇੱਕ ਧੀਰੂ ਵੀਰ ਆ ਸਾਡਾ ਜੀ, ਇਹਦਾ ਨਾਮ ਧੀਰੂ ਜੀ ਦੱਸਦੇ ਹਾਂ ਅਸੀਂ ਜੀ। ਇਹ ਵੀ ਸਾਡਾ ਭਰਾ ਹੀ ਹੈ ਜੀ, ਛੋਟਾ ਬਹੁਤ ਹੱਸਦਾ ਖੇਡਦਾ, ਪਰ ਇਹਦੀ ਮੈਂਟਲੀ ਕੰਡੀਸ਼ਨ ਨਹੀਂ ਠੀਕ। ਇਹਨੂੰ ਇਹਦਾ ਨਾਮ ਵੀ ਨਹੀਂ ਪਤਾ ਜੀ, ਅਤੇ ਨਾ ਇਹਨੂੰ ਇਹਦੇ ਪਰਿਵਾਰ ਦਾ ਪਤਾ, ਪਰ ਲੁਧਿਆਣੇ ਦੇ ਹਰ ਇੱਕ ਗਲੀ ਦਾ, ਹਰ ਇੱਕ ਥੀਏਟਰ ਦਾ, ਹਰ ਇੱਕ ਚੌਂਕ ਬਾਰੇ ਇਹਨਾਂ ਨੂੰ ਪੂਰੀ ਨੌਲੇਜ ਹੈ ਜੀ। ਅਤੇ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਪਛਾਣ ਲਏ ਵੀ ਪਰਿਵਾਰ ਦਾ ਮੈਂਬਰ ਜੀ। ਅਤੇ ਇਹ ਸਾਡੀ ਟੀਮ ਹੈ ਜੀ ਸਾਰੇ, ਜੋ ਵੀ ਅਸੀਂ ਖੜ੍ਹੇ ਹਾਂ। ਇੱਕ ਬਜ਼ੁਰਗ ਸਾਡੇ ਸ਼ੁਭਚਰਨ ਸਿੰਘ ਜੀ ਆ ਜਿਹੜੇ ਹੋਸਪਿਟਲ ਦੇ ਵਿੱਚ ਆ ਜੀ, ਜਿਹੜੇ ਅਨੰਦਪੁਰ ਸਾਹਿਬ ਤੋਂ ਆਏ ਆ ਜੀ। ਉਹਨਾਂ ਦੀ ਬਹੁਤ ਮਾੜੀ ਕੰਡੀਸ਼ਨ ਹੈ ਜੀ, ਕਾਫੀ ਕ੍ਰਿਟੀਕਲ ਸਟੇਜ 'ਤੇ ਆ ਜੀ। ਅਤੇ ਉੱਥੇ ਜਿਹੜੇ ਇਲਾਜ ਆ ਜੀ, ਉਹਨਾਂ ਦਾ ਇਲਾਜ ਚੱਲ ਰਿਹਾ, ਆਪਰੇਸ਼ਨ ਹੋ ਗਿਆ। ਸੇਵਾ ਕਰਦੇ ਰਹੀਏ ਜੀ, ਮਹਾਰਾਜ ਸਭ ਤੋਂ ਸੇਵਾ ਲੈਂਦੇ ਰਹਿਣ। ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਯਾਨੀ ਕਿ ਬੜੀ ਲੋੜ ਸੀ ਇਹ ਸੇਵਾ ਦੀ, ਸੱਚੇ ਪਾਤਸ਼ਾਹ ਡਿਊਟੀ ਲਾਈ ਆ, ਬੜੀ ਵੱਡੀ ਡਿਊਟੀ ਲਾ ਦਿੱਤੀ ਹੈ ਜੀ ਇਹ ਗੁਰੂ ਮਹਾਰਾਜ ਨੇ, ਪਰ ਅਸੀਂ ਆਪਣੀ ਤਨਦੇਹੀ ਨਾਲ ਤਨਦੇਹੀ ਨਾਲ ਨਿਭਾਇਆ ਜਾਵੇ ਜੀ। ਇਹ ਸਾਡੀ ਇੱਕ ਛੋਟੀ ਜਿਹੀ ਗੈਸ ਹੈ ਜੀ, ਅਸੀਂ ਬਿਲਡਿੰਗ ਵੀ ਬਣਾਉਣ ਲੱਗੇ ਹੋਏ ਹਾਂ ਇੱਕ ਇਹਨਾਂ ਵਾਸਤੇ, ਇੱਕ ਛੱਤ ਦਾ ਇੰਤਜ਼ਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਜ਼ਿਆਦਾ ਕ੍ਰਿਟੀਕਲ ਬੰਦਾ ਤੁਹਾਨੂੰ ਕਿਤੇ ਮਿਲਦਾ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ, ਤਾਂ ਉਹਦੇ ਬਾਰੇ ਜ਼ਰੂਰ ਦੱਸਿਆ ਕਰੋ ਜੀ। ਕੋਈ ਅਸੀਂ ਜੋ ਗੁਰੂ ਮਹਾਰਾਜ ਦੀ ਕਿਰਪਾ ਨਾਲ ਸੇਵਾ ਕਰ ਸਕਦੇ ਹਾਂ ਤਾਂ ਅਸੀਂ ਜ਼ਰੂਰ ਕਰਾਂਗੇ ਜੀ। ਬਸ ਇੰਨੀਆਂ ਗੱਲਾਂ ਕਰਦੀਆਂ ਸੀ ਅੱਜ ਤੁਹਾਡੇ ਨਾਲ ਸਾਂਝੀ। ਅਤੇ ਅਸੀਂ ਇੱਕ ਹੋਰ ਬੇਨਤੀ ਕਰਦੇ ਹਾਂ ਵੀ ਬੰਦੀ ਛੋੜ ਦਿਵਸ ਆ ਜੀ ਅੱਜ, ਅਤੇ ਦੀਵਾਲੀ ਦਾ ਦਿਨ ਆ ਜੀ, ਕੁਛ ਆਪਣੇ ਡਿਸੀਜਨ ਲੈਣੇ ਚਾਹੀਦੇ ਨੌਜਵਾਨ ਵੀਰਾਂ ਨੂੰ। ਇੱਦਾਂ ਦੇ ਨਿਗਲੈਕਟ ਕੀਤੇ ਹੋਏ ਸਮਾਜ ਦੇ ਜਿਹੜੇ ਲੋਕ ਆ, ਜਿਨ੍ਹਾਂ ਦੀ ਬਹੁਤ ਹੀ ਮਾੜੀ ਹਾਲਤ, ਸੜਕਾਂ 'ਤੇ ਕੀੜਿਆਂ ਵਾਂਗ ਇਨਸਾਨ ਘੁੰਮ ਰਿਹਾ ਜੀ, ਬੜੀ ਮਾੜੀ ਹਾਲਤ ਦੇ ਵਿੱਚ, ਉਹਨਾਂ ਦੇ ਵੀ ਅੱਗੇ ਕੀੜੇ ਪੈ ਚੁੱਕੇ ਆ, ਉਹਨਾਂ ਦੀ ਕੇਅਰ ਕਰਿਆ ਕਰੋ, ਉਹਨਾਂ ਦਾ ਖਿਆਲ ਰੱਖਿਆ ਕਰੋ। ਉਹਨਾਂ ਦੀ ਜੇ ਕੋਈ ਹੈਲਪ ਕਰ ਸਕਦੇ ਉਹਨਾਂ ਨੂੰ ਨਵਾਉਣ ਦੇ ਵਿੱਚ, ਦਵਾਈ ਦਵਾਉਣ ਦੇ ਵਿੱਚ, ਜੇ ਤੁਸੀਂ ਆਪਣੇ ਕੋਲ ਨਹੀਂ ਰੱਖ ਸਕਦੇ ਘੱਟੋ ਘੱਟ ਉਹਨਾਂ ਨੂੰ ਉਹਨਾਂ ਦੀ ਦੇਖ ਰੇਖ, ਤਾਂ ਸਾਫ਼ ਸਫਾਈ ਦਾ, ਕੱਪੜਿਆਂ ਦਾ ਪ੍ਰਬੰਧ, ਜਾਂ ਉਹਨਾਂ ਦੀ ਦਵਾਈ ਜਾਂ ਉਹਦੀ ਕੋਈ ਮੈਡੀਸਨ ਕਿਸੇ ਤਰ੍ਹਾਂ ਦੀ ਵੀ ਹੈਲਪ ਦੀ ਜਿਹੜੀ ਉਹਨੂੰ ਲੋੜ ਆ ਉਹ ਪੂਰੀ ਕਰ ਸਕਦੇ ਹੋ ਤਾਂ ਜ਼ਰੂਰ ਕਰਿਆ ਕਰੋ, ਕਿਉਂਕਿ ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਜੀ। ਇਨਸਾਨ ਦੀ ਇਸ ਟਾਈਮ ਬਹੁਤ ਜ਼ਿਆਦਾ ਮਾੜੀ ਹਾਲਤ ਆ ਜੀ, ਜਿੱਦਾਂ ਜਾਨਵਰਾਂ ਦੇ ਨਾਲ ਹੋ ਰਿਹਾ ਉਹੀ ਕੰਮ ਇਨਸਾਨ ਦੇ ਨਾਲ ਹੋ ਰਿਹਾ ਜੀ। ਕਿਉਂਕਿ ਇਨਸਾਨ ਨੂੰ ਇੰਨਾ ਜ਼ਿਆਦਾ ਨਿਗਲੈਕਟ ਕਰ ਦਿੰਦੇ ਲੋਕ, ਉਹਨਾਂ ਨੂੰ ਬੁਲਾਉਂਦੇ ਨਹੀਂ। ਕਈ ਵੀਰ ਸਾਡੇ ਕੋਲ ਇੱਦਾਂ ਦੇ ਆਏ ਆ, ਮਿਲਣਾ ਹੀ ਭੁੱਲ ਚੁੱਕੇ ਸੀਗੇ ਜੀ, ਉਹਨਾਂ ਤੋਂ ਬੋਲ ਹੀ ਨਹੀਂ ਹੁੰਦਾ ਸੀਗਾ। ਇਸ ਕਰਕੇ ਇੱਦਾਂ ਦੇ ਇਨਸਾਨਾਂ ਨੂੰ ਜ਼ਰੂਰ ਇਹ ਵੀਰਾਂ ਦੀ ਦੇਖ ਕੇ ਪੜਤਾਲ ਕਰਕੇ ਉਹਨਾਂ ਬਾਰੇ ਪਤਾ ਕਰਿਆ ਕਰੋ ਵੀ ਉਹ ਠੀਕ ਆ ਜਾਂ ਉਹਨਾਂ ਨੂੰ ਪ੍ਰੋਬਲਮ ਆ ਕੋਈ। ਕਈ ਵਾਰੀ ਕਿ ਬੰਦਾ ਘਰੋਂ ਗੁੱਸੇ ਹੋ ਗਿਆ, ਜਿਵੇਂ ਸਾਡੇ ਇੱਕ ਜਰਨੈਲ ਸਿੰਘ ਜੀ ਸੀਗੇ, ਘਰੋਂ ਗੁੱਸੇ ਹੋ ਕੇ ਗਏ ਸੀ ਅੰਬਾਲੇ ਜਾ ਕੇ, ਉਹਨਾਂ ਦੀ ਲੱਤ ਕੱਟੀ ਗਈ, ਲੱਤ 'ਤੇ ਸੱਟ ਲੱਗ ਗਈ, ਉਹ ਅੱਜ ਲੱਤ ਕਟਾਉਣੀ ਪੈ ਗਈ, ਉਹਨਾਂ ਨੂੰ ਬੜੀ ਮਾੜੀ ਹਾਲਤ ਸੀ ਵਿਚਾਰੇ। ਗੁਰੂ ਮਹਾਰਾਜ ਦੀ ਕਿਰਪਾ ਨਾਲ ਪਰਿਵਾਰ 'ਚ ਇੰਨੀਆਂ ਗੱਲਾਂ ਕਰਨੀਆਂ ਸੀ ਬਸ। ਅਤੇ ਬਹੁਤ ਬਹੁਤ ਧੰਨਵਾਦ ਤੁਹਾਡਾ, ਜਿਹੜੇ ਵੀਰ ਸਾਡੀ ਮਦਦ ਕਰਦੇ ਆ ਉਹਨਾਂ ਦਾ ਵੀ। ਸਾਡਾ ਨੰਬਰ ਹੈਗਾ ਜੀ 97803000 ਨੰਬਰ ਆ ਜੀ, ਅਤੇ ਜੇ ਕੋਈ ਵੀਰ ਸੰਪਰਕ ਕਰਨਾ ਚਾਹੁੰਦਾ ਹੋਵੇ, ਕੋਈ ਵੀਰ ਇਹਨਾਂ 'ਚੋਂ ਕਿਸੇ ਵੀਰ ਨੂੰ ਪਛਾਣਦਾ ਹੋਵੇ, ਕਿਉਂਕਿ ਅਨਨੋਨ ਪਰਸਨ ਹੈਗੇ ਸਾਡੇ ਕੋਲ 5-6,